नमस्कार तुसी देख रहे हो इंडिया क्राइम न्यूज़ 24। केंद्र हैं कि रिश्ते एक दूजे के सुख दुख के भाईवार होंगे हैं, पर जमीन जायदाद या होरना रंजिशा करके वधेरे लोग रिश्तिया के अपनेपन का सुख नहीं लै पाते। इन्हां दी लड़ाई रिश्तिया बदनाम करन वाली कोई ना कोई कहानी छड जाती है। इन्हां तस्वीरां विच एक बजुर्ग अपनी नूंह पुत नूं उन्हां दे विआह ते आशीर्वाद दिंदा होया नज़र आ रहा है। इस बजुर्ग की एक वीडियो तेजी नाल वायरल हुई है, जिस विच ओ अपनी नूंह की बुरी तरीके नाल मार कुटाई करता नज़र आ रहा है। कुछ टीवी चैनलों ने यह वीडियो वायरल की है। इस से पता लगा है कि यह औरत सुमन नाँ की विधवा औरत है। सुमन ने दसिया कि उसनू घरों कढ़न लई उसका सहुरा गुरदीप सिंह उसकी मार कुटाई करता है ते उसके उपर गलत नज़र रखता है। उसने दसिया कि घर विच उसनू वक्-वक् तरीकियां नाल परेशान किया जाता है। उसनू 1.5 साल तो बिजली तक नहीं दिती गई। किसी ना किसी तरह वह लोगों के घर का काम करके अपने तिने बच्चों नाल गुजारा कर रही है, जबकि 26 तरीक नू किसी गल नू लै के उसके सहुरे गुरदीप सिंह ने उस नाल बुरी तरीके नाल मार कुटाई की। जो वीडियो वायरल हुई है, पर पुलिस ने इस बारे कोई कार्रवाई नहीं की। उसकी बजाय उसके नाल राजीनामा करन दा दबाव बना रही है। दूजे पासे इस बारे सुमन दे सहुरे गुरदीप सिंह नाल गलबात की तो उसने दसिया कि असल विच उसके 2 मुंडे हैं, जिन्हां विचों वड्डे दी पत्नी दा देहांत हो चुकिया है। इसलिए उसके बच्चे भी उसके नाल घर विच रहिंदे हन, जबकि सुमन दे उन्हां दे बच्चियां नूं पसंद नहीं करदी। बीते दिनी सुमन दा मुंडा उहदे वड्डे मुंडे दी धी नाल बदसलूकी कर रहा सी। जब उसने उन्हां नूं रोकण दी कोशिश कीती तां सुमन अते उसके बच्चे मेरे हत्थी पै गए। अपने बचा लई मैं भी उन्हां नूं मारिया ते किसी ने यह वीडियो वायरल कर दिती। पत्रकार विक्की मलिक की रिपोर्ट। सर जी, मेरे नाल मसला यह हल होने, मेरे नाल गलत काम यह हद हों, मेरे घर वाले जो डैथ हो गई वो बाद तू काम यह गलत करने लगे पे मेरे नाल। ये 2017 की हुई है डैथ। की कर दे ही? घर वाले ड्राइवर सी गए। किद्दा डैथ हुई उन्हां दी? ओ मतलब कि ड्राइवरी नशा नुशा करते ही लीवर खराब हो गया ही उन्हां दा। ਉਹਦੇ ਬਾਅਦ 'ਚ ਮਰਨੇ ਦੇ ਬਾਅਦ 'ਚ ਮਤਲਬ ਕਿ ਇਹਨਾਂ ਨੇ ਮੈਨੂੰ ਤੰਗ ਕੀਤਾ ਆ, ਬੱਚਿਆਂ ਨੂੰ ਤੰਗ ਕਰਦੇ ਆ। ਮਰਨ ਤੋਂ ਬਾਅਦ ਮਾਰਨਾ ਸ਼ੁਰੂ ਕੀਤਾ? ਹਾਂਜੀ। ਕਿਉਂ ਮਾਰਦੇ ਸੀ, ਕੀ ਗੱਲ? ਇਹ ਘਰੋਂ ਕੱਢਣਾ ਚਾਹੁੰਦੇ ਸੀ ਸਰ, ਘਰੋਂ ਕੱਢਣਾ ਚਾਹੁੰਦੇ ਸੀ ਵੀ ਮਤਲਬ ਕਿ ਬਾਹਰੋਂ ਬਾਹਰ ਮਤਲਬ ਕਿ ਕੱਢਦੀ ਹੈ ਇਹਨਾਂ ਨੂੰ ਬਾਹਰ ਘਰੋਂ। ਅਤੇ ਬਾਅਦ 'ਚ ਜਾ ਕੇ ਅਤੇ ਕਹਿੰਦੇ ਸੀ ਵੀ ਅਸੀਂ ਬਾਰ ਬਾਰ ਮਕਾਨ ਵੇਚਣਾ। ਅਤੇ ਮੈਂ ਫਿਰ ਵਕੀਲ ਨਾਲ ਕਿਸੇ ਨਾਲ ਗੱਲ ਕੀਤੀ, ਮੈਂ ਭਾਅ ਜੀ ਇੱਦਾਂ ਦਾ ਗੱਲ ਵੀ ਮੈਂ ਬੱਚੇ ਲੈ ਕੇ ਕਿੱਥੇ ਜਾਊਂਗੀ, ਛੋਟੇ ਛੋਟੇ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹਾਂ। ਅਤੇ ਕਹਿੰਦੇ ਕੋਈ ਨਹੀਂ ਤੁਸੀਂ ਮੇਰੇ ਕੋਲ ਲਿਆਓ। ਫਿਰ ਮੈਂ ਗਈ ਵਕੀਲ ਕੋਲ, ਉਹਨਾਂ ਨੇ ਫਿਰ ਸਟੇ ਲਵਾਇਆ, ਸਟੇ ਹਟ ਦਿੱਤਾ। ਫਿਰ ਵੀ ਇਹਨਾਂ ਨੇ ਮੇਰੇ ਨਾਲ ਗਲਤ ਕੰਮ ਇੱਦਾਂ ਦਾ ਕਰਨ ਡੇ ਆ। ਮੇਰੀ ਪਰਸੋਂ ਦੀ ਵੀਡੀਓ ਵਾਇਰਲ ਆਉਂਦੀ ਹੈ, ਪਰਸੋਂ ਦੀ ਮਤਲਬ ਕਿ ਮਾਰਿਆ ਮੇਰੇ ਸਹੁਰੇ ਨੇ, ਪਹਿਲੇ ਮੇਰੇ ਅੰਦਰ ਵੜ ਕੇ ਪਹਿਲੇ ਬੇਟੇ ਨੂੰ ਪਿਆ, ਫਿਰ ਮੈਂ ਹਟਾਉਣ ਲੱਗੀ, ਮੇਰੇ ਚਾਕੂ ਮਾਰਿਆ ਇਹਨਾਂ ਨੇ ਬਾਹਾਂ 'ਤੇ। ਆਹ ਵੇਖੋ ਬਾਹਾਂ ਸਾਰੀਆਂ ਛਿੱਲੀਆਂ, ਬੇਟੇ ਨੂੰ ਵੀ ਮਾਰਿਆ ਵੇਖੋ ਉਹਦੇ। ਅਤੇ ਇਹਨਾਂ ਨੇ ਬਾਅਦ 'ਚ ਮੈਂ ਕਰਦ ਫੜੀ ਇਹਦੇ ਕੋਲ ਜ਼ੋਰ ਨਾਲ, ਮੈਨੂੰ ਵਾਲਾਂ ਫੜ ਕੇ ਬਾਹਰ ਸੁੱਟਿਆ, ਮੇਰੇ ਸਿਰ 'ਚ ਲੱਗ ਗਈ ਆ। ਫਿਰ ਮੈਨੂੰ ਕੋਈ ਹੋਸ਼ ਨਹੀਂ, ਬੇਟੇ ਨੇ ਫਿਰ ਚੁੱਕ ਕੇ ਮੈਨੂੰ ਕੀਤਾ, ਇਹਨੇ ਫਿਰ ਮੈਨੂੰ ਢਾਹ ਲਿਆ ਅਤੇ ਲੰਮੇ ਪੈ ਕੇ ਵੇਖੋ ਵੀਡੀਓ ਕਿੱਦਾਂ ਮਤਲਬ ਕਿ ਬਣਾਈ ਹੈ ਵੀ ਥੱਲੇ ਉੱਤੇ ਚੜਿਆ ਮੇਰੇ, ਕਿੱਦਾਂ ਗਲਤ ਕੰਮ ਹੈ, ਕਿੱਦਾਂ ਦਾ ਨਿਆਂ ਆ ਇਹ। ਇਹਦੀ ਕੰਪਲੇਂਟ ਕੋਈ ਨਹੀਂ ਕੀਤੀ? ਮੈਂ 2 ਵਾਰੀ ਕੀਤੀ ਸਰ, ਚੰਡੀਗੜ੍ਹ ਵੀ ਕੀਤੀ, ਫਿਰ ਮੈਂ ਕੀਤੀ ਹੈ ਇੱਥੇ ਮਤਲਬ ਕਿ ਥਾਣੇ। ਥਾਣੇ ਵਾਲੇ ਕਹਿੰਦੇ ਇਹ ਪਾੜੇ ਕੋਲ ਚਲ ਗਏ ਆ MLA ਕੋਲ, ਅਤੇ ਉਹ ਕਹਿੰਦੇ ਵੀ ਫੈਸਲਾ ਕਰ ਲਓ, ਕੰਪਰੋਮਾਈਜ਼ ਕਰੋ। ਮੈਂ ਨਹੀਂ ਸਰ, ਮੈਂ ਕਰਨਾ ਨਹੀਂ। ਉੱਥੇ ਇੱਕ ਮੈਡਮ ਹੈ ASI, ਉਹ ਕਹਿੰਦੀ ਤੁਸੀਂ ਨਾ ਰਾਜੀਨਾਮਾ ਕਰੋ। ਮੈਂ ਮੈਮ ਜੀ ਮੈਂ ਰਾਜੀਨਾਮਾ ਨਹੀਂ ਕਰਨਾ, ਮੈਂ ਨਾ ਇੱਕ ਵਾਰੀ ਹੱਲਾ ਹੋਏ, 2 ਵਾਰੀ ਹੋਏ, ਮੈਂ ਰਾਜੀਨਾਮਾ ਨਹੀਂ ਕਰਨਾ, ਮੈਨੂੰ ਇਨਸਾਫ਼ ਚਾਹੀਦਾ। ਇਹ ਆ ਮੇਰੇ ਮੀਟਰ ਕਟਾਇਆ ਗਿਆ ਆ। ਕਦੋਂ ਦਾ? ਇਹ ਹੋ ਗਿਆ 1.5 ਸਾਲ। ਕਿਉਂ ਮੀਟਰ ਕਟਾਇਆ? ਇਹਨਾਂ ਨੇ ਬਿਜਲੀ ਸਾਰੀ ਬਾਲੀ ਹੈ ਅਤੇ ਕਿਸੇ ਨੇ ਸਲਾਹ ਦਿੱਤੀ ਹੈ ਵੀ ਮੀਟਰ ਕਟਾਓ, ਫਿਰ ਮਕਾਨ ਵਿਕੇਗਾ। ਮੀਟਰ ਮੇਰੇ ਨਾਂ ਸੀਗਾ। 1.5 ਸਾਲ ਤੋਂ ਤੁਸੀਂ ਬਗੈਰ ਬਿਜਲੀ ਤੋਂ? ਹਾਂਜੀ, ਬਗੈਰ ਬਿਜਲੀ ਤੋਂ ਰਹਿਣ ਦੇ। ਇਹ ਚਾਹੁੰਦੀ ਹਾਂ ਵੀ ਜੀ ਬੱਚੇ ਪੜ੍ਹਦੇ ਆ, ਮੈਨੂੰ ਇਨਸਾਫ਼ ਚਾਹੀਦਾ ਵੀ ਮੇਰੇ ਬੱਚੇ ਮਤਲਬ ਕਿ ਆਪਣੇ ਪੜ੍ਹਦੇ ਆ, ਖਰਚਾ ਕਰਦੇ ਆ, ਅਤੇ ਹੁਣ ਮੰਗ ਮੈਨੂੰ ਇਹ ਚਾਹੀਦੀ, ਮੈਨੂੰ ਇਨਸਾਫ਼ ਚਾਹੀਦਾ ਆ। ਵੇਖੋ ਜੀ, ਮੇਰੀ ਪੋਤੀ ਆਈ ਡਿਊਟੀ ਤੋਂ, ਵੱਡੇ ਮੁੰਡੇ ਦੀ ਕੁੜੀ। ਅੱਛਾ ਜੀ। ਉਹ ਆਈ ਆ, ਉਹਦੇ ਉਹਨੇ ਆਉਂਦਿਆਂ ਕਿਹਾ ਆਪਣੀ ਦਾਦੀ ਨੂੰ ਵੀ ਆਪਣੇ ਉਹ ਪੋਚਾ ਲਾ ਰਹੀ ਸੀ ਦਾਦੀ ਉਹਦੀ, ਉਹਨੇ ਕਿਹਾ ਵੀ ਦਾਦੀ ਨੂੰ ਅਜੇ ਨਾ ਪੋਚਾ ਲਾ। ਹੈਂ? ਅਤੇ ਮੇਰੇ ਛੋਟੇ ਮੁੰਡੇ ਦਾ ਛੋਟਾ ਗਬਲਾ ਮੁੰਡਾ ਜਿਹੜਾ ਸੀ ਉਹ ਅੰਦਰੋਂ ਉਹਨੂੰ ਗਾਲਾਂ ਕੱਢਣ ਲੱਗ ਪਿਆ। ਠੀਕ ਹੈ, ਉਹ ਗਾਲਾਂ ਕੱਢਣ ਲੱਗ ਪਿਆ, ਪਤਾ ਨਹੀਂ ਹੱਥੀ ਪਿਆ ਕੀ ਆ। ਕੁੜੀ ਬਾਹਰ ਆਈ ਆ, ਮੈਨੂੰ ਆਖਿਆ ਦਾਦਾ ਮੈਨੂੰ ਇਹ ਗਾਲਾਂ ਕੱਢਦਾ। ਮੈਂ ਅੰਦਰ ਗਿਆ
अजे अंदर जाके मैं गल ही कर लिया माँ पुत मैनू पै गए। ठीक है, माँ पुत मैनू पै गए। मैं मैनू किसी ने एक मुड़ा ही इतने उन्हें मैं छाया, मैं इतने आ गया। इतने आ गए फिर मैं बुरे च पे आ, इतों धक्का मारिया इन्होंने, अ तेने इतने डिग पे। बस आ गल हुई।